ਬਟਾਲਾ ਗ੍ਰੰਥੀਆਂ ਵਿਖੇ ਦਮਦਮੀ ਟਕਸਾਲ ਰਣਜੀਤ ਅਖਾੜਾ ਗੁਰਮਤ ਅਤੇ ਸੰਗੀਤ ਅਕਾਦਮੀ ਵੱਲੋਂ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਧਾਰਮਿਕ ਅਤੇ ਵਿਦਿਅਕ ਮੁਕਾਬਲੇ ਕਰਵਾਏ ਗਏ, ਜਿਸ ਵਿੱਚ 1 ਨਵੰਬਰ ਨੂੰ ਰਾਗ ਅਧਾਰਿਤ ਕੀਰਤਨ ਮੁਕਾਬਲੇ ਕਰਵਾਏ ਗਏ ਸਨ, ਜਿਸ ਵਿੱਚ ਵੱਖ ਵੱਖ ਸਕੂਲਾਂ ਦੇ 150 ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ 2 ਨਵੰਬਰ ਨੂੰ ਗੁਰਬਾਣੀ ਕੰਠ ਕੁਇਸ਼ਤਰੀ ਗਾਇਨ ਦਸਤਾਰ ਦੇ ਦੁਮਾਲਿਆਂ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਵੱਖ ਵੱਖ ਸਕੂਲਾਂ ਤੋਂ ਆਏ ਹੋਏ 750 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਗੁਰਮਤ ਸਮਾਗਮ, ਜੋ ਕਿ ਗੁਰੂ ਸਾਹਿਬ ਦੀ ਰਹਿਮਤ ਸਦਕਾ ਦਮਦਮੀ ਟਕਸਾਲ ਰਣਜੀਤ ਅਖਾੜਾ ਵਡਾਲਾ ਗ੍ਰੰਥੀਆਂ ਵੱਲੋਂ ਅਤੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਰਲ ਮਿਲ ਕੇ ਹਰ ਸਾਲ ਕਰਵਾਇਆ ਜਾਂਦਾ ਹੈ। ਉਸ ਸਮਾਗਮ ਦੇ ਵਿੱਚ ਇਸ ਸਾਲ ਵੀ ਬੱਚਿਆਂ ਦੇ ਧਾਰਮਿਕ ਅਤੇ ਵਿੱਦਿਅਕ ਮੁਕਾਬਲੇ ਕਰਵਾਏ ਗਏ। ਸੋ ਇਹਨਾਂ ਮੁਕਾਬਲਿਆਂ ਦੇ ਵਿੱਚ ਜਿੱਥੇ ਕੱਲ੍ਹ 1 ਨਵੰਬਰ ਨੂੰ ਕੀਰਤਨ ਦੇ ਰਾਗ ਅਧਾਰਤ ਕੀਰਤਨ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਤਕਰੀਬਨ ਕੋਈ 150 ਬੱਚਿਆਂ ਨੇ ਹਿੱਸਾ ਲਿਆ ਅਤੇ ਸੀਨੀਅਰ ਜੂਨੀਅਰ ਕੈਟਾਗਰੀ ਤੋਂ ਇਲਾਵਾ ਇੱਕ ਗਰੁੱਪ ਸ਼ਬਦ ਗਾਇਨ ਮੁਕਾਬਲਾ ਜਿਹੜਾ ਕੈਟਾਗਰੀ ਵਿੱਚ ਜਿਹੜਾ ਹੈ ਬੱਚਿਆਂ ਨੇ ਹਿੱਸਾ ਲਿਆ। ਇਸ ਦੇ ਵਿੱਚ ਵਿਸ਼ੇਸ਼ ਤੌਰ 'ਤੇ ਜੱਜਮੈਂਟ ਜਿਹੜੀ ਕਰਨ ਵਾਸਤੇ ਭਾਈ ਜਸਪਾਲ ਸਿੰਘ ਜੀ, ਜੋ ਕਿ ਜਵੱਦੀ ਕਲਾਂ ਤੋਂ ਸਾਰੇ ਪੰਥ ਪ੍ਰਸਿੱਧ ਹਨ, ਜਾਣਦੇ ਹਨ ਕਿ ਪੰਥ ਵਿੱਚ ਕੀਰਤਨ ਸਿਖਾਉਣ ਦੀ ਜਿਹੜੀ ਬਹੁਤ ਵੱਡੀ ਸੇਵਾ ਕਰ ਰਹੇ ਹਨ, ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ। ਇਸ ਤੋਂ ਇਲਾਵਾ ਭਾਈ ਸਤਨਾਮ ਸਿੰਘ ਜੀ, ਵਿਦਿਆਰਥੀ ਦਮਦਮੀ ਟਕਸਾਲ, ਉਹਨਾਂ ਨੇ ਆ ਕਰਕੇ ਵਿਸ਼ੇਸ਼ ਤੌਰ 'ਤੇ ਜਿਹੜਾ ਹੈ ਗੁਰਬਾਣੀ ਦੇ ਉਚਾਰਨ ਦੇ ਸੰਬੰਧ 'ਚ ਆ ਕਰਕੇ ਜਿਹੜੀ ਜੱਜਮੈਂਟ ਕੀਤੀ। ਸੋ ਇਹਦੇ ਵਿੱਚ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜਿਹੜਾ ਗਰੁੱਪ ਸ਼ਬਦ ਗਾਇਨ ਮੁਕਾਬਲੇ ਵਿੱਚ ਪਹਿਲੇ ਸਥਾਨ 'ਤੇ ਰਿਹਾ। ਇਸੇ ਤਰੀਕੇ ਦੇ ਨਾਲ ਅੱਜ 2 ਨਵੰਬਰ ਨੂੰ ਜਿਹੜਾ ਹੈ ਬੱਚਿਆਂ ਦੇ ਜਿਹੜੇ ਮੁਕਾਬਲੇ ਹਨ, ਬੜੇ ਭਾਰੀ ਗੁਰਬਾਣੀ ਸ਼ੁੱਧ ਕੰਠ ਕਵਿਤਾ ਗਾਇਨ ਮੁਕਾਬਲਾ, ਕਵੀਸ਼ਰੀ ਗਾਇਨ ਮੁਕਾਬਲਾ, ਦਸਤਾਰ ਸਜਾਉਣ ਮੁਕਾਬਲਾ, ਦਮਾਲਾ ਸਜਾਉਣ ਮੁਕਾਬਲਾ ਅਤੇ ਚਾਰਡ ਮੇਕਿੰਗ ਕੰਪਟੀਸ਼ਨ ਜਿਹੜਾ ਹੈ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਤਕਰੀਬਨ ਜੋ ਸਾਡੇ ਕੋਲ ਅਜੇ ਤੱਕ ਡਾਟਾ ਪਹੁੰਚਿਆ ਹੈ 750 ਦੇ ਕਰੀਬ ਬੱਚੇ ਜਿਹੜੇ ਹਨ ਸਾਡੇ ਕੋਲ ਪਹੁੰਚ ਚੁੱਕੇ ਹਨ ਵੱਖ ਵੱਖ ਅਕੈਡਮੀਆਂ ਤੋਂ। ਅਸੀਂ ਕੀਰਤਨ ਵਿੱਚ ਪਾਰਟੀਸਪੇਟ ਕੀਤਾ ਹੈ ਜੀ ਅਤੇ ਸਾਨੂੰ ਇਸ ਕੰਪੀਟੀਸ਼ਨ ਵਿੱਚ ਆਉਣ ਕੇ ਬੜੀ ਖੁਸ਼ੀ ਪ੍ਰਾਪਤ ਹੁੰਦੀ ਹੈ, ਜੋ ਕਿ ਬਟਾਲਾ ਗ੍ਰੰਥੀਆਂ ਦੀਆਂ ਸੰਗਤਾਂ ਹਮੇਸ਼ਾ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਹਰ ਸਾਲ ਇਹ ਪ੍ਰੋਗਰਾਮ ਕਰਵਾ ਰਹੀਆਂ ਹਨ ਅਤੇ ਅਸੀਂ ਘੱਟੋ ਘੱਟ ਵੀ ਤੇ 5-6 ਸਾਲ ਤੋਂ ਇਸ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਹਾਂ ਜੀ ਅਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਇੱਥੋਂ ਦੀਆਂ ਸੰਗਤਾਂ ਦੀ ਕਿਰਪਾ ਸਦਕਾ ਕੰਪੀਟੀਸ਼ਨ ਨਾਲ ਕਈ ਉਹਨਾਂ ਬੱਚਿਆਂ ਨੂੰ ਵੀ ਸਿੱਖੀ ਨਾਲ ਜੁੜਨ ਦਾ ਮੌਕਾ ਮਿਲਦਾ ਹੈ, ਜੋ ਕਿ ਅਜੇ ਤੱਕ ਸਿੱਖੀ ਧਾਰਨ ਨਹੀਂ ਕਰਦੇ। ਉਹਨਾਂ ਨੂੰ ਵੀ ਹੁੰਦਾ ਹੈ ਕਿ ਅਸੀਂ ਵੀ ਕੀਰਤਨ ਕਰੀਏ, ਅਸੀਂ ਵੀ ਕਵਿਸ਼ਰੀ ਕਰੀਏ, ਅਸੀਂ ਵੀ ਗੁਰੂ ਸਾਹਿਬਾਂ ਨਾਲ ਜੁੜ ਜਾਈਏ ਜੀ। ਸੋ ਅਸੀਂ 5-6 ਸਾਲ ਤੋਂ ਇਸ ਕੰਪੀਟੀਸ਼ਨ ਵਿੱਚ ਪਾਰਟੀਸਪੇਟ ਕਰ ਰਹੇ ਹਾਂ ਅਤੇ ਹਰ ਸਾਲ ਹੀ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਡਾ ਸਕੂਲ ਹੀ ਓਵਰਆਲ ਟਰੋਫੀ ਦਿੱਤਾ ਹੈ ਜੀ। ਗੁਰੂ ਨਾਨਕ ਅਕੈਡਮੀ ਹਰ ਸਾਲ ਓਵਰਆਲ ਟਰੋਫੀ ਦੀ ਹੱਕਦਾਰ ਬਣਦੀ ਹੈ। ਇਹ ਜੋ ਉਪਰਾਲਾ ਇਹ ਵਡਾਲਾ ਗ੍ਰੰਥੀਆਂ ਵਾਲੇ ਗੁਰਮੁਖ ਪਿਆਰੇ ਭਾਈ ਰਣਜੀਤ ਅਖਾੜੇ ਵਾਲੇ ਗੁਰਮੁਖਾਂ ਨੇ ਕੀਤਾ, ਬਹੁਤ ਮਹਾਨ ਉਪਰਾਲਾ ਹੈ। ਸਤਿਗੁਰੂ ਸਾਹਿਬ ਜੀ ਦੀ ਕਿਰਪਾਲਤਾ ਸਦਕਾ ਇਹਨਾਂ ਨੇ ਅੱਜ ਥਾਵਾਂ ਥਾਵਾਂ ਤੋਂ ਸਕੂਲੀ ਬੱਚਿਆਂ ਨੂੰ ਸੱਦ ਕਰਕੇ ਗੁਰਸਿੱਖੀ ਪ੍ਰਚਾਰ, ਗੁਰਬਾਣੀ ਪ੍ਰਤੀ ਉਤਸ਼ਾਹਿਤ ਜਿੱਥੇ ਕੀਤਾ ਹੈ, ਉੱਥੇ ਨਾਲ ਦੇ ਨਾਲ ਆਪਣੇ ਵਿਰਸੇ ਨੂੰ ਸੰਭਾਲਣ ਦਾ ਇੱਕ ਬੜਾ ਮਹਾਨ ਯਤਨ ਕੀਤਾ ਹੈ। ਅਰਦਾਸ ਇਹਨਾਂ ਗੁਰਮੁਖਾਂ ਦੇ ਅਜਿਹੇ ਉਪਰਾਲੇ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ 'ਚੋਂ ਇਹਨਾਂ ਦਾ ਧੰਨਵਾਦ ਕਰਦਾ ਹੈ। ਗਰੀਬ ਨਿਵਾਜ ਇਹਨਾਂ ਗੁਰਮੁਖਾਂ 'ਤੇ ਬਹੁਤ ਸੁਚੱਜੀ ਹੈ ਟੀਮ, ਖਾਲਸਾ ਪੰਥ ਦੇ ਵਿਹੜੇ ਦੀ ਫਲਵਾੜੀ ਹੈ। ਸਤਿਗੁਰੂ ਸਾਹਿਬ ਇਹਨਾਂ ਨੂੰ ਹਰ ਰੋਜ਼ ਦਿਨ ਦੂਣੀ ਰਾਤ ਚੌਗਣੀ ਤਰੱਕੀ ਬਖਸ਼ ਕਰਕੇ ਨਿਹਾਲ ਕਰਨ। ਬਟਾਲਾ ਤੋਂ ਜਾਗਰਤੀ ਲਹਿਰ ਦੇ ਲਈ ਵਿੱਕੀ ਮਲਿਕ ਦੀ ਰਿਪੋਰਟ।